ਅੱਛਾ ਤੇ ਇਹ ਤੁਹਾਡਾ ਸਿਸਟਮ ਜਿਹੜਾ ਵਾ ਇਹ ਇੰਨਾ ਕੁ ਰੱਖ ਕੇ ਬੈਠੇ ਜੇ ਕੀ ਵਜ੍ਹਾ? ਗੁੰਜਾਇਸ਼ ਹੀ ਨਹੀਂ ਹੈ। ਅੱਜ ਕਿੰਨੇ ਸੇਲ ਕੀਤੀ? ਪਤਾ ਨਹੀਂ, ਕੋਈ 100-150 ਰੁਪਈਆ ਹੋਣਾ। ਦਿਖਾਓ ਮੈਨੂੰ ਦੋ, ਇਹਨੂੰ ਛੋੜ ਦੋ, ਇਹਨੂੰ ਛੋੜ ਦੋ। ਆਹ ਦੇਖੋ ਜੀ, ਵਾਕਈ ਜਿਹੜਾ ਨਾ 50, 60, 70, 80, 90, 100 120, ਆ ਲਓ ਜੀ 120 ਹੈ। ਦੇਖੋ ਅੱਜ 120 ਵੱਟੇ ਨੇ। ਬਿਸਮਿਲ੍ਲਾ ਰਹਿਮਾਨ ਰਹੀਮ, ਅੱਜ ਅਸੀਂ ਆਏ ਹਾਂ ਤਾਂਦਲੇ ਸ਼ਹਿਰ ਦੇ ਵਿੱਚ, ਔਰ ਇਹ ਅੱਲਾਹ ਪਾਕ ਦੀ ਕੋਈ ਮਰਜ਼ੀ ਪੂਰੀ ਹੋ ਰਹੀ ਹੈ। ਸਾਨੂੰ ਇੱਕ ਹੱਕਦਾਰ ਕੁਛ ਚੀਜ਼ਾਂ ਰੱਖ ਕੇ ਬੈਠਾ ਨਜ਼ਰ ਆਇਆ ਵਾ। ਮੈਂ ਉਹਨਾਂ ਕੋਲ ਜਾ ਰਹੀ ਹਾਂ, ਉਹਨਾਂ ਦੀ ਹਾਲਾਤ ਜਾਣਨ ਦੀ ਕੋਸ਼ਿਸ਼ ਕਰਾਂਗੀ, ਇੱਥੇ ਕਿਉਂ ਬੈਠੇ ਜੇ, ਕੀ ਸੇਲ ਕਰਦੇ ਪਏ ਜੇ। ਅਸਲਾਮ ਅਲੈਕਮ, ਕੀ ਹਾਲ ਜੇ? ਇਹ ਕੀ ਸੇਲ ਕਰਦੇ ਪਏ ਜੇ ਤੁਸੀਂ? ਆਲੂ ਚਣੇ ਹੁੰਦੇ ਆ? ਹੁੰਦੇ ਆ। ਅੱਛਾ, ਇਹਦੀ ਪਲੇਟ ਬਣਾਓ ਨਾ ਇੱਕ ਜ਼ਰਾ। ਹਾਂਜੀ, ਬਣਾਓ ਪਲੇਟ, ਮੈਂ ਤੁਹਾਡੇ ਕੋਲ ਆਲੂ ਚਣੇ ਖਾਣ ਆਈ ਹਾਂ। ਹਾਂ, ਮੈਂ ਦੇਖਾਂ ਨਾਲੇ ਕਿਸ ਤਰ੍ਹਾਂ ਪਾਉਂਦੇ ਨੇ। ਕਦੀ ਆਪ ਵੀ ਘਰ ਕੋਸ਼ਿਸ਼ ਕਰਨੀ ਪੈ ਜਾਂਦੀ ਹੈ ਕਿ ਆਲੂ ਚਣੇ ਦਿਲ ਕਰਦਾ ਖਾਣ ਨੂੰ, ਹੈ? ਹਾਂਜੀ, ਵਾਹ ਜੀ ਵਾਹ, ਵਾਹ ਜੀ ਜੀ। ਇਹ ਦੇਖੋ ਜੀ, ਛੋਟੇ ਛੋਟੇ ਆਲੂ ਆ, ਹੈ? ਹਾਂ, ਆਲੂ ਦੇ ਬੱਚੇ ਲੱਗਦਾ ਜੀ। ਹਾਂ, ਫਟਾਫਟ ਕਰ ਲਓ, ਫਟਾਫਟ ਕਰ ਲਓ। ਅੱਛਾ, ਤੇ ਨਾਲ ਸਾਜ਼ੋ ਸਮਾਨ ਇਹ ਵੀ ਰੱਖਿਆ ਵਾ, ਵੇਚਣ ਵਾਸਤੇ ਹੈ ਨਾ? ਹਾਂ, ਇਹ ਬਿਸਕਿਟ, ਇਹ ਟਾਫੀਆਂ ਹੈ, ਤੇ ਇਹ ਇਹ ਨਿਮਕੋ ਵੀ ਜੇ ਹੈ। ਦੇਖੋ ਜੀ, ਇਹ ਛੋਟਾ ਜਿੰਨਾ ਆਪਣਾ, ਹਾਂਜੀ ਹਾਂ, ਆਪਣਾ ਛੋਟਾ ਜਿੰਨਾ ਰੋਜ਼ਗਾਰ ਚਲਾਇਆ ਵਾ, ਹੈ? ਅੱਛਾ, ਇਹ ਦੱਸੋ ਮੇਰੇ ਵੀਰ ਦਾ ਕੀ ਨਾਮ? ਨਾਲ ਮੇਰੇ ਗੱਲਾਂ ਵੀ ਕਰੋ ਨਾ। ਹਾਂਜੀ, ਮੇਰੇ ਵੀਰ ਦਾ ਕੀ ਨਾਮ? ਖਾਲਦ। ਕਿੰਨੇ ਬੱਚੇ ਮੇਰੇ ਵੀਰ ਦੇ? ਬੱਚੇ 4 ਆ ਜੀ। 4 ਬੱਚੇ ਨੇ, ਤੇ ਛੋਟਾ ਜਿੰਨਾ ਸਿਸਟਮ ਲਾ ਕੇ ਆਪਣਾ ਬੈਠੇ ਜੇ, ਘਰ ਦਾ ਸਿਸਟਮ ਸਹੀ ਚੱਲ ਰਿਹਾ? ਅੱਲਾ ਗੁਜ਼ਾਰਾ ਕਰਦਾ ਪਿਆ ਵਾ। ਅੱਛਾ, ਤੇ ਇਹ ਤੁਹਾਡਾ ਸਿਸਟਮ ਜਿਹੜਾ ਵਾ ਇਹ ਇੰਨਾ ਕੁ ਰੱਖ ਕੇ ਬੈਠੇ ਜੇ, ਕੀ ਵਜ੍ਹਾ? ਗੁੰਜਾਇਸ਼ ਹੀ ਨਹੀਂ ਹੈ। ਗੁੰਜਾਇਸ਼ ਹੀ ਨਹੀਂ ਹੈ। ਅਗਰ ਗੁੰਜਾਇਸ਼ ਹੋਵੇ ਤੇ ਫਿਰ ਕੋਈ ਅੱਛਾ ਕਿਸਮ ਦਾ ਸਿਸਟਮ ਬਣਾ ਕੇ ਬੈਠਣ, ਤੇ ਫਿਰ 4 ਪੈਸੇ ਵੀ ਵੱਟੇ ਜਾਂਦੇ ਨੇ, ਸੇਲ ਕਾਫੀ ਹੋ ਜਾਂਦੀ ਹੈ, ਫਿਰ ਸਿਸਟਮ ਘਰ ਦਾ ਸਹੀ ਚੱਲਦਾ ਵਾ। ਇਹ ਲਓ ਜੀ, ਇਹਨਾਂ ਨੇ ਕੋਲ ਪਾਣੀ ਵੀ ਰੱਖਿਆ, ਪਹਿਲੇ ਧੋਂਦੇ ਨੇ, ਹੁਣ ਇਹ ਕੱਟਣਗੇ। ਇਹ ਆਲੂ ਚਣੇ ਬਣਦੇ ਪਏ ਨੇ, ਤੇ ਆਹ ਲਓ ਜੀ, ਆਲੂ ਕੱਟੇ ਗਏ ਨੇ, ਹੈ? ਕੱਟੋ ਜੀ, ਕੱਟੋ ਕੱਟੋ, ਫਟਾਫਟ ਹੋਵੋ। ਹਾਂਜੀ, ਹੈ ਜ਼ਰਾ, ਬੱਚਿਆਂ ਨੇ ਖਾਣੇ ਹੁੰਦੇ? ਬੱਚੇ ਖਾਂਦੇ ਨੇ ਕਿ ਵੱਡੇ ਵੀ ਆ ਕੇ ਖਾਂਦੇ ਨੇ? ਵੱਡੇ ਵੀ ਖਾ ਲੈਂਦੇ, ਬੜੇ ਵੀ ਖਾ ਲੈਂਦੇ ਨੇ, ਬੱਚੇ ਵੀ ਖਾਂਦੇ ਨੇ, ਤੇ ਮਜ਼ੇਦਾਰ ਲੱਗਦੇ ਨੇ। ਹਾਂਜੀ, ਬੱਚੇ ਖੁਸ਼ ਹੁੰਦੇ ਨੇ ਖਾ ਕੇ? ਹਾਂਜੀ, ਬਿਲਕੁਲ ਮਜ਼ੇਦਾਰ। ਅੱਛਾ, ਯਾਨੀ ਕਿ ਤੁਹਾਡੇ ਆਲੂ ਚਣੇ ਮਜ਼ੇਦਾਰ ਆ? ਅੱਜ ਮੈਂ ਵੀ ਖਾ ਕੇ ਦੇਖਾਂਗੀ ਆਲੂ ਚਣੇ ਕਿੰਨੇ ਕੁ ਮਜ਼ੇਦਾਰ ਨੇ, ਹੈ? ਤੁਹਾਡੇ ਕੋਲ ਆਲੂ ਚਣੇ ਖਾਣ ਵਾਸਤੇ ਆਏ ਆ ਨਾ? ਫਟਾਫਟ ਕਰ ਲਓ, ਬਸ ਥੋੜ੍ਹੇ ਜਿੰਨੇ ਬਣਾ ਦਿਓ, ਮੈਨੂੰ ਜ਼ਿਆਦਾ ਨਾ ਬਣਾ ਕੇ ਦਿਓ, ਥੋੜ੍ਹੇ ਜਿੰਨੇ ਬਣਾ ਦਿਓ। ਹਾਂਜੀ, ਉਂਝ ਤਾਂ ਵੈਸੇ ਨਾ ਇਹ ਤਾਂ ਐਂਡ ਜੇ, ਹੈ? ਇਸ ਵਕਤ ਐਂਡ ਹੋ ਜਾਂਦਾ। ਅੱਜ ਕਿੰਨੇ ਸੇਲ ਕੀਤੀ? ਪਤਾ ਨਹੀਂ, ਕੋਈ 100-150 ਰੁਪਈਆ ਹੋਣਾ। ਦਿਖਾਓ ਮੈਨੂੰ, ਮੈਨੂੰ ਦੋ, ਐਂਡ ਛੋੜ ਦੋ, ਐਂਡ ਛੋੜ ਦੋ। ਦਿਖਾਓ ਮੈਨੂੰ ਕਿੰਨੇ ਪੈਸੇ ਵੱਟੇ ਨੇ ਅੱਜ। ਆਹ ਦੇਖੋ ਜੀ, ਵਾਕਈ ਜਿਹੜਾ ਨਾ 50, 60, 70, 80, 90, 100, 120, ਆ ਲਓ ਜੀ 120 ਹੈ। ਦੇਖੋ ਅੱਜ 120 ਵੱਟੇ ਨੇ, ਤੇ ਹੈਲੋ ਜੀ, ਹੈਲੋ ਜੀ, ਹੈਲੋ ਹੈਲੋ, ਹੈ? ਇਹ ਕਿਤਨੇ ਪੈਸੇ ਆ ਗਏ, ਕਿਤਨੇ ਪੈਸੇ ਆ ਗਏ, ਦੇਖੋ ਜੀ, ਹੈ? ਪਕੜੋ ਇਹਨੂੰ, ਕਿਨੋ ਇਹਨੂੰ, ਕਿਨੋ, ਇਹ ਪੈਸੇ ਤਾਂ ਮੇਰੇ ਕੋਲ ਆ ਗਏ, ਇਹਨੂੰ ਕਿਨੋ ਤੁਸੀਂ? ਹਾਂ, ਦੱਸੋ ਕਿੰਨੇ ਕਿੰਨੇ ਆ? ਉਹ ਬਾਕੀ ਵੀ ਕੱਢੋ, ਰੋਦ ਨਾ ਮਾਰੋ। ਹਾਂਜੀ, ਪੂਰੇ ਕੱਢੋ, ਦੇਖੋ ਇਹਦੇ ਵਿੱਚੋਂ ਜੇ ਹੋਰ ਵੀ ਹੈ ਜੇ, ਉਹ ਕਿਨੋ ਕਿਨੋ ਕਿਨੋ, ਹੈਲੋ
ਤੇਰੇ ਪਾਸੇ ਆਇਆ ਵਾ ਤਾਂ ਕਿ ਤੂੰ ਆਪਣਾ ਸਿਸਟਮ ਅੱਛਾ ਲਗਾ ਸਕੇ। ਹਾਂ, ਆਪਣਾ ਸਿਸਟਮ ਅੱਛਾ ਲਗਾਣਾ, ਉਹ ਕਾਫੀ ਸਾਰੀਆਂ ਚੀਜ਼ਾਂ ਰੱਖਣੀਆਂ। ਫੱਟਾ ਬਣਵਾ ਕੇ ਹਾਂ, ਮੈਂ ਫੇਰ ਦੁਬਾਰਾ ਆਣ ਕੇ ਦੇਖਣਾ ਵਾ। ਨਹੀਂ ਦੇਖਿਓ ਤੁਸੀਂ, ਬਿਲਕੁਲ ਤਸੱਲੀ ਕਰੋ, ਕੋਈ ਨਹੀਂ। ਹਾਂ ਬਿਲਕੁਲ, ਖੁਦ ਤਸੱਲੀਆਂ ਪਤਾ ਕਿਉਂ ਦੇਣਾ, ਹਾਂ ਕਿ ਕਿਤੇ ਪਰਸੋਂ ਤੋਂ ਵਾਪਸ ਨਾ ਲੈ ਜਾਣ। ਕਿਉਂਕਿ ਮੈਂ ਤਾਂਦਲੇ ਆਉਂਦੀ ਜਾਂਦੀ ਹਾਂ। ਹਾਂਜੀ ਹਾਂ, ਤੇ ਇਹ ਮੈਂ ਫੇਰ ਆਣ ਕੇ ਦੇਖਾਂਗੀ ਕਿ ਤੁਸੀਂ ਆਪਣਾ ਸਹੀ ਕਿਸਮ ਦਾ ਫੱਟਾ ਲਾਇਆ ਹੋਵੇ। ਠੀਕ ਹੈ, ਹਾਂ ਪਕੜੋ, ਅੱਲਾ ਹਾਫਿਜ਼। ਕਦੀ ਪਰਸ ਆਪਣੇ ਕੋਲ ਰੱਖਿਆ? ਨਹੀਂ, ਕਦੀ ਪਰਸ ਆਪਣੇ ਕੋਲ ਨਹੀਂ ਰੱਖਿਆ। ਅਸੀਂ ਸਾਡੇ ਗੋਡੇ ਕੋ ਕਮਣ ਦਾ ਪਿਆ। ਨਹੀਂ, ਉਹ ਵੈਸੇ ਹੀ ਆਦਤ ਬਣੀ। ਪੁਲਿਸ ਵਾਲੇ ਆਣ ਕੇ ਬੈਠੇ ਆ? ਨਹੀਂ ਨਹੀਂ, ਪੁਲਿਸ ਵਾਲੇ ਨਹੀਂ, ਵੈਸੇ ਹੀ ਆਦਤ ਬਣੀ। ਆਦਤ ਬਣੀ ਕਿਉਂ, ਕਮਜ਼ੋਰੀ ਨਾ? ਨਹੀਂ ਨਹੀਂ, ਹਾਂ ਉਹ ਵੈਸੇ ਤਾਂ ਦੱਸਿਆ ਵੀ ਐਸ ਵੇਲੇ ਸਰਦੀ ਜੀ ਹੋ ਜਾਂਦੀ। ਅੱਛਾ ਮੇਰਾ ਵੀਰ, ਇਹ ਦੱਸੋ ਕਿ ਹੁਣ ਕੁਝ ਆਸਾਨੀ ਹੋ ਜਾਏਗੀ? ਹਾਂ ਜੀ ਬਿਲਕੁਲ ਜੀ, ਕੁਝ ਫਟਾ ਬਣ ਜਾਏਗਾ। ਹਾਂ ਫਟਾ ਬਣ ਜਾਏਗਾ, ਚੀਜ਼ਾਂ ਜ਼ਿਆਦਾ ਆ ਜਾਣਗੀਆਂ। ਆ ਜਾਣਗੀਆਂ, ਹੈ ਤੁਸੀਂ ਆਓਗੇ ਜੋ ਤਸੱਲੀ ਕਰ ਲਿਓ ਆਣ ਕੇ। ਹਾਂ ਜੀ ਮੈਂ ਕਰਨੀ ਜੀ। ਹਾਂ ਜੀ ਬਿਲਕੁਲ, ਮੈਂ ਕਰਨੀ ਆ। ਮੈਂ ਕਹਿੰਦੇ ਆ, ਮੈਂ ਨਿਕਲ ਜਾ ਆਪਣੇ ਜਿੱਦਾਂ ਜਿੰਨਾ ਕੁ ਜੇਬ ਸੰਭਾਲ ਲਾਂ, ਫੱਟਾ ਰੱਖ ਕੇ ਉੱਤੇ ਤੋਂ ਭਰਾ ਇਨਸ਼ਾਅੱਲਾ ਅੱਲਾ ਦੇ। ਅੱਛਾ ਮੇਰਾ ਵੀਰ, ਗੱਲ ਇਹ ਵਾ ਕਿ ਇਹ ਜਿਹੜੀ ਅੱਜ ਅੱਲਾ ਪਾਕ ਦੀ ਤਰਫੋਂ ਤੈਨੂੰ ਸਪੋਰਟ ਹੋਈ ਹੈ ਨਾ, ਇਹ ਜ਼ਰੀਆ ਬਣੀ ਹੈ ਸਾਡੀ ਭੈਣ ਸ਼ਨਾਜ਼ ਭੈਣ। ਹਾਂ ਜੀ, ਉਹਦੇ ਵਾਸਤੇ ਚੁੱਕੇ ਹੱਥ ਵਾ ਕਰ, ਅੱਲਾ ਕਰੇ ਜੀ, ਅੱਲਾ ਤੰਦਰੁਸਤੀ ਦੇਵੇ ਜੀ। ਅਸੀਂ ਹਰ ਇੱਕ ਦੀ ਦੁਆ ਕਰਦੇ ਬੈਠੇ ਇੱਥੇ। ਪੈਸੇ ਭੇਜੋ ਤੇ ਦੁਆ ਕਰੋ। ਹਾਂ ਹਾਂ ਕਰੋ, ਨਾ ਸ਼ਨਾਜ਼ ਭੈਣ ਵਾਸਤੇ ਦੁਆ ਕਰੋ, ਅੱਲਾ ਉਹਨਾਂ ਨੂੰ ਕਾਮਯਾਬ ਕਰੇ ਹਰ ਕੰਮ 'ਚ। ਅੱਲਾ ਪਾਕ ਉਹਨਾਂ ਨੂੰ ਸਿਹਤ ਜ਼ਿੰਦਗੀ ਤੰਦਰੁਸਤੀ ਰੱਖੇ, ਹੈ ਅੱਲਾ ਪਾਕ ਉਹਨੂੰ ਆਪਣੀ ਜ਼ੁਬਾਨ 'ਚ ਰੱਖੇ, ਅੱਲਾ ਸੋਨਾ ਉਹਦੇ ਕਾਰੋਬਾਰ 'ਚ ਖੈਰ ਬਰਕਤ ਅਦਾ ਕਰੇ। ਹੈਂ, ਹਾਂ ਖੁੱਲ੍ਹ ਕੇ ਦੁਆ ਕਰੀ ਦੀ ਹੈ। ਹਾਂਜੀ, ਅਤੇ ਅੱਲਾ ਪਾਕ ਤੁਹਾਡੇ ਵਾਸਤੇ ਵੀ ਆਸਾਨੀਆਂ ਕਰੇ, ਅਤੇ ਬਹੁਤ ਸ਼ੁਕਰੀਆ, ਅੱਲਾ ਤੁਹਾਡੀ ਮਿਹਰਬਾਨੀ ਜੀ ਬੜੀ, ਅੱਲਾ ਪਾਕ ਦੀ ਮਿਹਰਬਾਨੀ। ਹਾਂ ਹਾਂ, ਅੱਲਾ ਪਾਕ ਦੀ ਮਿਹਰਬਾਨੀ।